ਆ ਦੇਖੋ ਜੀ ਐਸਟੀਪੀ ਦਾ ਪਾਣੀ ਆ ਰਿਹਾ ਸਾਹਿਬ। ਦੇਖੋ ਸਾਡੀ ਜੋ ਸਰਕਾਰ ਆ ਮਾਨ ਸਾਹਿਬ ਦੀ ਪਾਰਦਰਸ਼ਿਤਾ ਵਾਲੀ ਜ਼ੀਰੋ ਟੋਲਰੈਂਸ ਕਰਪਸ਼ਨ ਦੇ ਉੱਤੇ ਸਰਕਾਰ ਬਣੀ ਹੈ ਅਤੇ ਉਹਦੇ ਵਿੱਚ ਤੁਸੀਂ ਦੇਖੋ ਪਿੱਛੇ ਐਸਟੀਪੀ ਲੱਗਿਆ 225 MLD ਦਾ ਔਰ ਪਾਣੀ ਆਹ ਦੇਖ ਲਓ ਵਗਦਾ ਕਿ ਉੱਥੋਂ ਟ੍ਰੀਟ ਹੋ ਕੇ ਪਾਣੀ ਇਹ ਸਹੀ ਆ ਰਿਹਾ। ਹਕੀਕਤ ਜੋ ਜ਼ਮੀਨ ਦੇ ਉੱਤੇ ਇਹ ਅਫਸਰਾਂ ਨੇ ਸੀਵਰੇਜ ਬੋਰਡ ਔਰ ਪੋਲਿਊਸ਼ਨ ਬੋਰਡ ਦੇ ਆਫਿਸਰ ਨੇ ਜੋ ਇਹ ਕਾਰਗੁਜ਼ਾਰੀ ਕੀਤੀ ਆ ਇਹ ਤੁਸੀਂ ਸ਼ਰੇਆਮ ਦੇਖ ਸਕਦੇ ਹੋ। ਜਿਹੜੀ ਖਿਲਾੜੀ ਕੰਪਨੀ ਨੂੰ 650 ਕਰੋੜ ਦਾ ਇਹਨਾਂ ਨੇ ਠੇਕਾ ਦਿੱਤਾ ਸੀਗਾ ਜਿਸ 'ਚੋਂ 588 ਕਰੋੜ ਦੇ ਕਰੀਬ ਖਿਲਾੜੀ ਕੰਪਨੀ ਉਹ ਲਿਜਾ ਚੁੱਕੀ ਆ ਔਰ 34 ਕਰੋੜ ਦੇ ਕਰੀਬ ਜੋ ਕਿ ਅਜੇ ਕੰਮ ਕੰਪਲੀਟ ਨਹੀਂ ਹੋਇਆ ਜਿਹੜੀ ਐਨੂਅਲ ਮੇਨਟੇਨੈਂਸ ਇਹਨਾਂ ਦੀ ਹੁੰਦੀ ਸਰਵਿਸਿਜ਼ ਉਹਦੇ ਵਿੱਚ 34 ਕਰੋੜ 11 ਕਰੋੜ ਅਤੇ ਪਲੱਸ 13 ਕਰੋੜ ਇੱਕ ਕਰਕੇ 34 ਕਰੋੜ ਰੁਪਈਆ ਜਿਹੜਾ ਉਹ ਲਿਜਾ ਚੁੱਕੀ ਆ। ਐਡਾ ਵੱਡਾ ਸਾਡੇ ਪੰਜਾਬ ਦੇ ਲੋਕਾਂ ਦੀਆਂ ਜੇਬਾਂ ਨੂੰ ਇਹਨਾਂ ਖਿਲਾੜੀ ਕੰਪਨੀ ਔਰ ਇਹਨੇ ਅਫਸਰਾਂ ਨੇ ਨਾਲ ਲੱਗ ਕੇ ਲਵਾਇਆ ਬੜੀ ਨਿੰਦਾਯੋਗ ਗੱਲ ਆ ਵੀ ਤੁਸੀਂ ਰੱਬ ਤੋਂ ਡਰੋ ਯਾਰ। ਇੱਕ ਜਿਹੜਾ ਪਾਣੀ ਪੌਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਇਹ ਤਾਂ ਗੁਰਬਾਣੀ ਸਾਡੀ 'ਚ ਲਿਖਿਆ ਹੋਇਆ ਅਤੇ ਸਾਡਾ ਜਿਹੜਾ ਪਾਣੀ ਆ ਸਾਡੀ ਆਬੋ ਹਵਾ ਅੱਜ ਕਿੱਥੇ ਜਾ ਰਹੀ ਆ ਅਸੀਂ ਆਪਣੀ ਨਵੀਂ ਪੀੜ੍ਹੀ ਨੂੰ ਕੀ ਦੇ ਕੇ ਜਾ ਰਹੇ ਹਾਂ ਜੇ ਅਸੀਂ ਅੱਜ ਇਸ ਸਾਨੂੰ ਪਰਮਾਤਮਾ ਨੇ ਲੋਕਾਂ ਨੇ ਆਪਣਾ ਵਿਸ਼ਵਾਸ ਜਿੱਤ ਕੇ ਇੱਥੇ ਭੇਜਿਆ ਹੈਗਾ ਵਿਧਾਨ ਸਭਾ 'ਚ ਅਤੇ ਅਸੀਂ ਲੋਕਾਂ ਦੇ ਮੁੱਦੇ ਉਹ ਉਜਾਗਰ ਕਰਨੇ ਆ ਜਿਹੜੇ ਕਿ ਲੋਕਾਂ ਨੂੰ ਬਚਾਉਣ। ਲੋਕ ਮਾਰੂ ਨੀਤੂ ਦੇ ਖਿਲਾਫ ਇਹ ਸਰਕਾਰ ਹੈ ਆਮ ਆਦਮੀ ਪਾਰਟੀ ਲੋਕਾਂ ਦੀ ਚੁਣੀ ਹੋਈ ਸਰਕਾਰ ਆ ਅਸੀਂ ਆਮ ਲੋਕਾਂ ਦੀ ਗੱਲ ਕਰਨ ਵਾਸਤੇ ਅੱਜ ਮੈਂ ਤੁਹਾਨੂੰ ਸਾਰੀ ਟੀਮ ਨੂੰ ਲੈ ਕੇ ਆਇਆ ਕਿਉਂਕਿ ਮੈਂ ਧੰਨਵਾਦ ਕਰਦਾ ਤੁਹਾਡੇ ਸਾਰੇ ਮੀਡੀਆ ਦਾ ਕਿਉਂਕਿ ਤੁਸੀਂ ਹਮੇਸ਼ਾ ਸੱਚ ਦੀ ਆਵਾਜ਼ ਨੂੰ ਬੁਲੰਦ ਕਰਦੇ ਹੋ ਔਰ ਮੈਨੂੰ ਪੂਰਨ ਆਸ ਆ ਕਿ ਆਪਾਂ ਰਲ ਕੇ ਆਪਣਾ ਜੋ ਇਹ ਪੰਜਾਬ ਗੰਧਲਾ ਪੰਜਾਬ ਬਣਿਆ ਪਿਆ ਇਹਨੂੰ ਰੰਗਲਾ ਪੰਜਾਬ ਤਾਂ ਹੀ ਬਣਾ ਪਾਵਾਂਗੇ ਜੇ ਆਪਾਂ ਸਾਰੇ ਰਲ ਕੇ ਇੱਕ ਧਈਆ ਲਾਈਏ ਕਿ ਆਪਣੇ ਪਰਸਨਲ ਇੰਟਰਸਟ ਤੋਂ ਉੱਤੇ ਉੱਠ ਕੇ ਆਪਾਂ ਸਾਰੇ ਇੱਕ ਮਨ ਹੋ ਕੇ ਆਪਾਂ ਇਸ ਜੋ ਸਾਡਾ ਬੁੱਢਾ ਦਰਿਆ ਹੁੰਦਾ ਸੀ ਕਿਸੇ ਟਾਈਮ ਜਿੱਥੇ ਕਿ ਲੋਕ ਨਹਾਉਂਦੇ ਸੀ ਮੱਛੀਆਂ ਤੈਰਦੀਆਂ ਸੀ ਨੀਲਾ ਪਾਣੀ ਸੀ ਅੱਜ ਇਸਦਾ ਇਹ ਦੂਸ਼ਿਤ ਔਰ ਜ਼ਹਿਰੀਲਾ ਹੋ ਚੁੱਕਿਆ ਜੋ ਕਿ ਇੱਕ ਕਾਲਾ ਪੀਲੀਆ ਔਰ ਕੈਂਸਰ ਔਰ ਪਲੱਸ ਸਾਡੇ ਬੱਚੇ ਜੋ ਨਵੇਂ ਜਨਮ ਦੇ ਨੇ ਉਹ ਅੰਨੇ ਹੁੰਦੇ ਜਾ ਰਹੇ ਨੇ ਨਿਗਾਹ ਨਹੀਂ ਮਿਲਦੀ ਉਹਨਾਂ ਦੀ ਔਰ ਬਿਮਾਰੀਆਂ ਦੇ ਭਰਿਆ ਦੇਖੋ ਆ ਲੋਡ ਜਾ ਰਿਹਾ ਬਾਹਰ ਨੂੰ ਸਾਰੇ ਪਿੰਡਾਂ 'ਚ ਔਰ ਸਾਰੇ ਰਾਜਸਥਾਨ ਤੱਕ ਇਹ ਪਾਣੀ ਭੇਜਿਆ ਜਾ ਰਿਹਾ ਇਹ ਸਾਰੇ ਇਹਦੇ ਪਿੱਛੇ ਇਹ ਜੋ ਇਹ ਕੰਪਨੀ ਜਿਹੜੀ ਪਿੱਛੋਂ 2020 ਦੇ ਵਿੱਚ ਇਹ DPR ਬਣੀ ਆ 700 MLD ਦੀ ਬਿਲਕੁਲ ਗਲਤ ਬਣੀ ਆ ਘੱਟੋ ਘੱਟ 1500 MLD ਤੁਹਾਨੂੰ ਅੱਗੇ ਲਿਆ ਕੇ ਨਾਪ ਕਰਕੇ ਦਿਖਾ ਦਿੰਦਾ 1500 MLD ਜਿੱਥੇ ਬਲੀਪੁਰ 'ਚ ਡਿੱਗਦਾ 1500 MLD ਤਾਂ ਉੱਥੇ ਹੀ ਆ 700 MLD ਕਿਸ ਤਰੀਕੇ ਨਾਲ ਇਹਨਾਂ ਨੇ ਬਣਾਤਾ ਹੈ ਬਿਲਕੁਲ ਵਿਧਾਨ ਸਭਾ ਕਮੇਟੀ ਨੇ ਬਿਲਕੁਲ ਮਾਣਯੋਗ ਸਾਰੇ ਮੈਂਬਰ ਸਾਹਿਬਾਨ ਇੱਕ ਮੰਚ 'ਤੇ ਸਾਂਝੇ ਹੋ ਕੇ ਅਸੀਂ ਮਾਣਯੋਗ ਸਪੀਕਰ ਸਾਹਿਬ ਨੂੰ ਵੀ ਇਹ ਬੇਨਤੀ ਲਾਈ ਆ ਕਿ ਇਹ ਜੋ ਕੇਸ ਆ ਇਹ ਉੱਪਰ ਜਾਣਾ ਚਾਹੀਦਾ CBI ਕੋਲ ਤੁਹਾਡਾ ਜੁਡੀਸ਼ੀਅਲ ਹੋਵੇ ਉਹਦੇ ਦੀ ਵਿਜੀਲੈਂਸ ਮਤਲਬ ਸਾਰੀਆਂ ਏਜੰਸੀਆਂ ਪੈਰਲਰ ਕੰਮ ਕਰਨ ਤਾਂ ਕਿ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਲੱਗੇ ਜੋ ਇਹ ਹੁਣ ਤੱਕ ਇਹਨਾਂ ਨੇ ਠੰਡੀਆਂ ਹਵਾਵਾਂ ਲੈ ਕੇ ਕੁਰਸੀਆਂ 'ਤੇ ਲੋਕਾਂ ਨੂੰ ਬਿਮਾਰੀਆਂ ਦਿੱਤੀਆਂ ਨੇ ਉਹਨਾਂ ਦਾ ਇਹਨਾਂ ਨੂੰ ਖਮਿਆਜ਼ਾ ਭੁਗਤਣਾ ਪੈਣਾ ਅਤੇ ਮੈਂ ਆਪਣੀ ਸਰਕਾਰ ਮੇਰੀ ਵਚਨਬੱਧ ਹੈ ਇਸ ਕੰਮ ਲਈ ਮੈਂ ਉਸ ਸਰਕਾਰ ਦਾ ਇੱਕ ਅੰਗ ਹੈਗਾ ਅਤੇ ਮੇਰਾ ਫਰਜ਼ ਬਣਦਾ ਮੈਂ ਆਪਣੀ ਗੈਰਤ ਨੂੰ ਜ਼ਿੰਦਾ ਰੱਖਦਾ ਹੋਇਆ ਮੈਂ ਮੂਹਰੇ ਹੋ ਕੇ ਇਸ ਕੰਮ ਨੂੰ ਬੀੜਾ ਉਠਾਇਆ ਅਤੇ ਵਾਹਿਗੁਰੂ ਮੇਰਾ ਸਾਥ ਦੇਵੇਗਾ ਲੋਕ ਮੇਰੇ ਸਾਥ ਦੇਣਗੇ ਔਰ ਇਹਦੇ ਨਾਲ ਨਾਲ ਮਾਨ ਸਾਹਿਬ ਵੀ ਇਸ ਚੀਜ਼ ਲਈ ਬੜੇ ਸੰਜੀਦਗੀ ਨੇ ਮਾਨ ਜੋ ਸਾਡੇ ਸਪੀਕਰ ਸਾਹਿਬ ਜੋ ਕਿ ਚੇਅਰਮੈਨ ਨੇ ਮਾਨ ਜੋ ਇਸ ਕਮੇਟੀ ਦੇ ਉਹ ਵੀ ਬਹੁਤ ਇਸ ਵਿੱਚ ਸੀਰੀਅਸ ਨੇ ਔਰ ਸਖਤ ਨੇ ਕਿ ਇਹ ਜੋ ਗੰਦਾ ਦਰਿਆ ਜਿਹੜਾ ਬੁੱਢਾ ਦਰਿਆ ਸੀ ਜੋ ਕਿ ਗੰਦਾ ਦਰਿਆ ਬਣ ਗਿਆ ਇਹਨੂੰ ਅਸੀਂ ਦੁਬਾਰਾ ਤੋਂ ਇੱਕ
ਅੱਛਾ ਦਰਿਆ ਬਣਾਉਣਾ, ਸਾਫ ਸੁਥਰਾ ਦਰਿਆ ਬਣਾਉਣਾ। ਸਪੀਕਰ ਸਾਹਿਬ ਦਾ ਕਹਿਣਾ ਜਿਹੜੀ ਸੀਬੀਆਈ ਜਾਂਚ ਹੋਣੀ ਚਾਹੀਦੀ ਹੈ। ਦੇਖੋ ਅਸੀਂ ਮਾਨਯੋਗ ਸਪੀਕਰ ਸਾਹਿਬ ਨੂੰ ਆਪਣੀ ਰਿਪੋਰਟ ਪੇਸ਼ ਕਰਾਂਗੇ, ਉਹਦੇ 'ਚ ਅਸੀਂ ਸਿਫਾਰਸ਼ ਕੀਤੀ ਹੈ ਮਾਨਯੋਗ ਸਾਡੀ ਕਮੇਟੀ ਨੇ, ਅਤੇ ਬਾਕੀ ਹਾਈ ਕਮਾਂਡ ਦੇ ਫੈਸਲੇ ਜੋ ਹੋਣਗੇ ਉਹ ਲੋਕਾਂ ਪੱਖੀ ਹੋਣਗੇ। ਸਾਨੂੰ ਪੂਰੀ ਉਮੀਦ ਆ ਕਿ ਵਧੀਆ ਇਹਦਾ ਰਿਜ਼ਲਟ ਆਏਗਾ ਸਾਹਮਣੇ। ਤੁਹਾਡਾ ਜੀ ਰਿਸ਼ਪਾਲ ਸਿੰਘ ਸਰ, ਕੀ ਕਹਿਣਾ ਚਾਹੁੰਗੇ? ਬੁੱਢਾ ਦਰਿਆ ਬੁੱਢਾ ਨਾਲਾ ਬਣ ਚੁੱਕਿਆ। ਹਾਂਜੀ ਹਾਂਜੀ। ਕਿੰਨੀ ਕੋਈ ਦਿੱਕਤ ਆਉਂਦੀ? ਕਿਉਂ ਬਹੁਤ ਜ਼ਿਆਦਾ ਵੀਰੇ, ਸਾਰਾ ਪਾਣੀ ਗੰਦਾ, ਜਿੰਨਾ ਬਣੀ ਦਾ ਰੋਡ 'ਤੇ ਸਾਰਾ ਹੀ ਆਉਂਦਾ, ਬਾਹਰ ਨੂੰ ਆ ਜਾਂਦਾ ਵਾ। ਜਦੋਂ ਸੀਵਰੇਜ ਬਾਹਰ ਭਰ ਜਾਂਦੇ ਨਾਲ ਹੀ ਸਾਰਾ ਬਾਹਰ ਨੂੰ ਆਉਂਦਾ ਵਾ। ਕਿਰਟਾ ਇੰਨਾ ਚੰਗਾ ਪਾਣੀ ਦਾ, ਅੱਜ ਤੱਕ ਗੰਦਾ ਦਾ ਗੰਦਾ ਹੋਇਆ, ਉਹਦੇ ਉੱਤੇ ਸਾਰੇ ਅਸੀਂ ਇੰਨਾ ਡੈਂਗਾਂ ਦਾ ਪਾਣੀ ਸਾਰਾ ਵਿੱਚ ਹੀ ਆਉਂਦਾ ਪਿਆ ਇਹਨਾਂ ਦੇ। ਸਰ ਕਹਿੰਦੇ ਕਿਸੇ ਟਾਈਮ ਦੇ ਵਿੱਚ ਪਾਣੀ ਬਿਲਕੁਲ ਸਾਫ਼ ਹੁੰਦਾ? ਸਹੀ ਹੁੰਦਾ ਸੀ, ਮੱਛੀਆਂ ਇੱਥੇ ਪਹਿਲਾਂ ਮੱਛੀਆਂ ਹੁੰਦੀਆਂ, ਪਹਿਲਾਂ ਪਾਣੀ ਚੋਗਾ ਪਾ ਕੇ ਜਾਂਦੇ, ਹੁਣ ਤਾਂ ਕੁਛ ਵੀ ਨਹੀਂ ਹੈਗਾ ਜੀ, ਪਾਣੀ ਇੰਨਾ ਜਿੰਨਾ ਹੀ ਗੰਦਾ। ਬਹੁਤ ਜ਼ਿਆਦਾ ਜੀ। ਓਕੇ ਜੀ, ਠੀਕ ਹੈ।